ਇਹ ਗੁੜਤੀ ਸਾਨੂੰ ਸਾਡੇ ਸੱਚਿਆਂ ਪਾਤਸ਼ਾਹ ਸਤਿਗੁਰਾਂ ਨੇ ਦਿੱਤੀ ਹੈ ਤੇ ਉਹਨਾਂ ਹੀ ਸਿਖਾਇਆ। ਸਿੱਖਾ ਜਿੱਦਣ ਕੁਰਬਾਨੀ ਕਰਨੋਂ ਤੂੰ ਹਟ ਗਿਆ ਨਾ ਟਾਲਾ ਵੱਟ ਗਿਆ, ਜੇ ਕੁਰਬਾਨੀ ਕਰਨੀ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੁੱਲ ਜਾਓਗੇ। ਯਾਦ ਰੱਖਿਓ ਸਦੀਆਂ ਤੱਕ ਉਹੀਓ ਝੰਡੇ ਝੂਲਦੇ ਨੇ, ਉਹੀਓ ਪਰਚਮ ਆਕਾਸ਼ ਤੇ ਫਰਕਦੇ ਨੇ, ਉਹ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਸ਼ਹੀਦਾਂ ਦੇ ਸਦਕਾ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ। ਆਹ ਭੁੱਲ ਜਾਣ ਕੁਰਬਾਨੀ ਦਾ ਰਾਹ, ਜਿਹੜੇ ਉਹ ਤਾਂ ਭਟਕਦੇ ਭਟਕਦੇ ਭਟਕ ਜਾਂਦੇ, ਅਣਖੀ ਕਦੇ ਅਟਕਾਇਆ ਨਹੀਂ ਅਟਕ ਸਕਦੇ, ਬੁਸ ਦਿਲ ਅਟਕਦੇ ਅਟਕਦੇ ਅਟਕ ਜਾਂਦੇ, ਜੋਦੇ ਸੂਰਮੇ ਸਿਰਾਂ ਦੇ ਕਰਨ ਸੌਦੇ, ਬੇਸ਼ੱਕ ਝਟਕਦੇ ਝਟਕਦੇ ਝਟਕ ਜਾਂਦੇ। ਤੇ ਇਸ਼ਕ ਦੀ ਜਿਨ੍ਹਾਂ ਨੂੰ ਝਟਕਦੀ ਏ, ਟੱਠੇ ਦਿਲਾਂ ਦੀ ਉਹ ਉਮੀਦ ਹੁੰਦੇ, ਉਹ ਕਤਲਗਾਹਾਂ ਵੀ ਪੂਜੀਆਂ ਜਾਂਦੀਆਂ ਨੇ ਉਹ ਲਾਲ ਮਾਵਾਂ ਦੇ ਜਿੱਥੇ ਸ਼ਹੀਦ ਹੁੰਦੇ। ਦਰਬਾਰ ਸਾਹਿਬ ਆਉਂਦੇ ਹੋ ਨਾ ਸੱਚਖੰਡ, ਸ਼ਾਇਰ ਕਹਿੰਦਾ ਜਾਓ ਟ੍ਰੇਨ ਤੇ ਜਾਓ, ਪਲੇਨ ਤੇ ਜਾਓ, ਸਾਈਕਲ ਤੇ ਜਾਓ, ਸਕੂਟਰ ਤੇ ਜਾਓ, ਪੈਦਲ ਆਓ, ਭੱਜ ਭੱਜ ਕੇ ਆਓ। ਪਰ ਜਦੋਂ ਪ੍ਰਕਰਮਾਂ ਵਿੱਚ ਆਉਂਦੇ ਉਦੋਂ ਨਾ ਕਾਲੀਆਂ ਕਰਿਆ ਕਰੋ। ਪਤਾ ਕਿਉਂ? ਕਿਉਂਕਿ ਤੁਸੀਂ ਸਮਝਦੇ ਹੋ ਸੰਗ ਮਰਮਰ ਲੱਗਾ ਹੋਇਆ, ਉਹਦੇ ਉੱਤੋਂ ਦੀ ਤੁਰ ਕੇ ਜਾਂਦੇ ਹੋ। ਨਹੀਂ ਪਿਆਰਿਓ, ਤੁਸੀਂ ਸ਼ਹੀਦਾਂ ਸਿੰਘਾਂ ਦੇ ਸਿਰਾਂ ਦੇ ਉੱਤੋਂ ਦੀ ਲੰਘ ਕੇ ਜਾਂਦੇ ਹੋ। ਉੱਥੇ ਇੰਨੀਆਂ ਸਲੇਟਾਂ ਉਹਨਾਂ ਇੰਨਾ ਸੰਗਮਰਮਰ ਨਹੀਂ ਲੱਗਾ ਜਿੰਨੇ ਉੱਥੇ ਸ਼ਹੀਦਾਂ ਸਿੰਘਾਂ ਦੇ ਸਿਰ ਲੱਗੇ ਹੋਏ। ਉਹਨਾਂ ਨੂੰ ਪ੍ਰਣਾਮ ਕਰਿਆ ਕਰੋ, ਜਿੱਥੇ ਸਤਿਗੁਰਾਂ ਨੂੰ ਪ੍ਰਣਾਮ ਹੈ ਉੱਥੇ ਉਹਨਾਂ ਦੇ ਪਿਆਰੇ ਮਹਾਰਾਜ ਤੇ ਬੜੀ ਵੱਡੀ ਵੱਡੀ ਕਿਰਪਾ ਰਹਿਮਤ ਕਰਦੇ ਆ। ਇਹ ਤੇ ਤੰਗ ਦਿਲੀਆਂ ਸਾਡੇ ਵਿੱਚ ਹੀ ਆ ਗਈਆਂ, ਅਸੀਂ ਇੱਕ ਦੂਜੇ ਨੂੰ ਆਪਸ ਦੇ ਵਿੱਚ ਹੀ ਉਲਝ ਕੇ ਰਹਿ ਗਏ। ਕੁਛ ਲੋਕ ਗਿਣ ਲੇਤੇ ਹੈ ਉਂਗਲੋਂ ਪਰ ਗੁਨਾਹ, ਗੁਨਾਹ ਹੀ ਗਿਣਨੇ ਜਾਣਦੇ, ਕੰਮ ਜਿਉਂ ਸੌਖਾ ਨਾ। ਕੁਛ ਲੋਕ ਗਿਣ ਲੇਤੇ ਹੈ ਉਂਗਲੋਂ ਪਰ ਗੁਨਾਹ, ਪਰ ਵੋ ਰਹਿਮਤੋਂ ਕਾ ਹਿਸਾਬ ਤੋਂ ਦੇਤੇ ਨਹੀਂ। ਵੀ ਜਿਹੜੀਆਂ ਰਹਿਮਤਾਂ ਉਹਨਾਂ ਬਾਰੇ ਕੌਣ ਦੱਸੂ, ਏ ਕੰਮ ਜਿਉਂ ਸੌਖਾ। ਦੂਜੇ ਦੇ ਗੁਨਾਹ ਵੇਖ ਸ਼ੋਰ ਪਾਉਣਾ ਬੜਾ ਸੌਖਾ, ਸੁੱਖ ਨਾ ਆਪਣੇ ਗੁਨਾਹਾਂ ਦੀ ਦੁਹਾਈ ਨਹੀਂ ਪਾਈ ਜਾਂਦੀ, ਨਹੀਂ ਰੌਲਾ ਪੈਂਦਾ ਨਾ। ਫੈਸ਼ਨ ਪ੍ਰਸਤ ਵੇਖ ਦੂਜਿਆਂ ਨੂੰ ਖਿਜੀਦਾ ਏ, ਤੇ ਘਰ ਬੀਬੀ ਕਾਕੇ ਦੀ ਨਿਸਾਤੋਂ ਸਮਝਾਈ ਜਾਂਦੀ। ਦੂਜਿਆਂ ਨੂੰ ਆਖੀਦਾ ਏ ਕਰਨਾ ਅਦਬ ਸਿੱਖੋ, ਆਪ ਸਾਤੋਂ ਦੂਸਰੇ ਨੂੰ ਫਤਿਹ ਨਹੀਂ ਬੁਲਾਈ ਜਾਂਦੀ। ਕੋਮਲ ਜੀ ਐਬ ਸੀ ਦੂਜਿਆਂ ਦੇ ਵੇਖਦਿਆਂ ਹੇਠਾਂ ਪੀੜ੍ਹੀ ਆਪਣੀ ਤੇ ਸੋਟੀ ਨਹੀਂ ਘੁਮਾਈ ਜਾਂਦੀ। ਇੱਦਾਂ ਨਹੀਂ ਹੋਣਾ ਚਾਹੀਦਾ, ਸਿੱਖ ਨਹੀਂ ਪ੍ਰਵਾਨ ਹੁੰਦਾ। ਸਿੱਖ ਤੇ ਉਹੀ ਪ੍ਰਵਾਨ ਹੁੰਦਾ ਜਿਹੜਾ ਔਗਣ ਆਪਣੇ ਵੇਖੇ ਤੇ ਗੁਣ ਦੂਜਿਆਂ ਵਿੱਚ ਵੇਖੇ। ਜਿਹੜਾ ਆਪਣੇ ਵਿੱਚ ਗੁਣ ਤੇ ਦੂਜਿਆਂ ਵਿੱਚ ਔਗਣ ਵੇਖਦਾ, ਮਰਦ ਦਰ ਪ੍ਰਵਾਨ ਹੋ ਹੀ ਨਹੀਂ ਸਕਦਾ। ਇੱਥੇ ਤੇ ਨਿਮਾਣਿਆਂ ਨੂੰ ਮਾਣ ਮਿਲਦਾ, ਵੇਖੋ ਭਾਈ ਸਾਹਿਬ ਹੋਰਾਂ ਨੂੰ ਕਿੱਡਾ ਮਾਣ ਵਰਲਡ 'ਚ, ਦੁਨੀਆਂ 'ਚ ਸਤਿਗੁਰਾਂ ਨੇ ਐਡਾ ਮਾਣ ਦਿੱਤਾ। ਕਾਹਦੇ ਲਈ? ਨਿਰਮਾਣਤਾ ਹੈ ਨਾ, ਬਹੁਤ ਵੱਡੀ ਉਹਨਾਂ ਉੱਤੇ ਸਤਿਗੁਰੂ ਸਾਹਿਬ ਦੀ ਕਿਰਪਾ ਹੈ। ਸੰਤਾਂ ਵਾਲਾ, ਸਾਧੂਆਂ ਵਾਲਾ ਤਿਆਗ ਦਾ ਜੀਵਨ ਨੇ, ਫੇ ਫੱਕਰ ਨੂੰ ਕਰਨਾ ਸਲਾਮ ਚਾਹੀਏ। ਭਾਵੇਂ ਹਾਲ ਤੋਂ ਹਾਲ ਬੇਹਾਲ ਹੋਵੇ, ਇੰਨਾ ਕਿਸੇ ਦੇ ਕੋਲ ਨਾ ਮਾਲ ਭਰਿਆ ਜਿੰਨਾ ਸਾਧੂਆਂ ਕੋਲ ਅਮਾਲ ਹੋਵੇ। ਮੰਦੀ ਨਜ਼ਰ ਦੇ ਨਾਲ ਨਾ ਮੂਲ ਵੇਖੀ, ਖੌਰੇ ਇਹਨਾਂ ਦਾ ਪਿੱਛਾ ਕਮਾਲ ਹੋਵੇ। ਸੰਤ ਰੇਣ ਨਾ ਨਿੰਦੀਏ ਸਾਧੂਆਂ ਨੂੰ, ਖਬਰੇ ਗੋਦੜੀ 'ਚ ਛੁਪਿਆ ਲਾਲ ਹੋਵੇ। ਲਾਲ ਗੋਦੜੀ ਵਿੱਚ ਹੀ ਹੁੰਦੇ ਨੇ। ਮਹਾਰਾਜ ਨੇ ਤਾਂ ਬੜਾ ਵੱਡਾ ਮਾਣ ਦਿੱਤਾ। ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਬਿਸਤਰਾ ਨਾਮ ਸਿੱਖ ਨੇ, ਉਹ ਕਿਹੋ ਜਿਹੇ ਨੇ ਪੁੱਛਦੇ ਹੋ? ਕਹਿੰਦੇ ਜੀ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਮਹਾਰਾਜ ਤੇ ਆਪਣਾ ਹੀ ਰੁਤਬਾ ਦਿੰਦੇ ਆ, ਤੇ ਅਸੀਂ ਤੇ ਕਿਸੇ ਨੂੰ ਸੰਤ ਕਹਿ ਦਈਏ ਤੇ ਕਈ ਟੁੱਟ ਕੇ ਪੈ ਜਾਂਦੇ। ਜੀ ਸੰਤ ਕਹਿਤਾ, ਬਹੁਤ ਕੁੜਦੇ ਗਈ ਤੰਗ ਦਿਲੀਆਂ, ਲੁੱਟ ਲਿਆ ਜ ਬੇਲੋੜੇ ਬਬਾਦ ਵਿੱਚ ਆਵੇ। ਦੁਨੀਆਂ ਦਾ ਸਭ ਤੋਂ ਲੇਟੈਸਟ ਧਰਮ, ਦੁਨੀਆਂ ਤੋਂ ਨਵਾਂ ਧਰਮ, ਤੇ ਜਿੰਨੇ ਅੱਜ ਪੁਆੜੇ ਖੜੇ ਕਰ ਦਿੱਤੇ ਸਾਡੇ ਆਪਣਿਆਂ ਨੇ, ਆਪਣੀ ਧਰਮ ਦੇ ਵਿੱਚ ਖੜੇ ਕਰ ਦਿੱਤੇ। ਮਹਾਰਾਜ ਦੀ ਬਾਣੀ ਉੱਤੇ ਕੈਂਤੂ, ਅੰਮ੍ਰਿਤ ਉੱਤੇ ਕੈਂਤੂ, ਮੂਲ ਮੰਤਰ ਤੇ ਕੈਂਤੂ, ਬਸ ਕੈਂਤੂ ਪਰੰਤੂ ਹੀ ਪੱਲੇ ਰਹਿ ਗਿਆ। ਪਰ ਜਿਹੜੇ ਪਿਆਰ ਵਾਲੇ ਨੇ ਨਾ, ਉਹਨਾਂ ਦੇ ਪੱਲੇ ਸੱਚ ਹੈ। ਜਿਹਨਾਂ ਦੇ ਪੱਲੇ ਸੱਚ ਹੋਵੇ ਨਾ, ਉਹਨਾਂ ਨੂੰ ਫਿਰ ਪਰਵਾਹ ਨਹੀਂ। ਜਿਹਨਾਂ ਦੀ ਪਿੱਠ ਤੇ ਸਤਿਗੁਰੂ ਖੜਾ, ਉਹ ਫਿਰ ਦੁਕੀ ਤਕੀ ਲਿਚਰ ਪਿਚਰ ਜਿਹੀ ਦੀ ਕੀ ਪਰਵਾਹ ਕਰਦੇ। ਇੱਦਾਂ ਦੇ ਤਾਂ ਕਈ ਹੋ ਗਏ, ਤੁਰ ਗਏ, ਕਈ ਮਰ ਗਏ, ਕਈਆਂ ਨੇ ਮਰ ਮੁੱਕ ਜਾਣਾ, ਕੀੜੇ ਪੈ ਪੈ ਮਰਦੇ। ਗੁਰੂ ਕੇ ਨਿੰਦਕ ਹਾਲਤ ਇਹਨਾਂ ਦੀ ਵੀ ਉਹੀ ਹੋਵੇਗੀ। ਪਰ ਪਿਆਰਿਓ, ਜਿਹਨਾਂ ਦੀ ਪਿੱਠ ਤੇ ਸਤਿਗੁਰੂ ਨਾ ਜਾਮ ਗੁਰੂ ਹੈ ਬਲ, ਲੱਖ ਬਾਹੇ ਕਿਆ ਕਿ ਜੇ ਲੱਖਾਂ ਕਰੋੜਾਂ ਇਕੱਠੇ ਹੋ ਜਾਣ, ਨਹੀਂ ਜਿੱਤ ਸਕਦੇ। ਅੰਤ ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ ਸੱਚ ਜਿੱਤੇਗਾ। ਭਾਈ ਸਾਹਿਬ ਜੀ ਨੂੰ ਜਿੱਥੇ ਮੁਬਾਰਕਾਂ ਨੇ, 300 ਸਾਲ
ਪਹਿਲਾਂ ਪਿਆਰਿਓ 300 ਸਾਲ ਗੁਰੂ ਦੇ ਨਾਲ ਨਾਰਾ ਗੂੰਜਿਆ, 300 ਸਾਲ ਸਿੱਖੀ ਸਰੂਪ ਦੇ ਨਾਲ ਤੱਕ ਗੱਲ ਪਹੁੰਚੀਏ, ਤੇ ਹੁਣ ਇਹੋ ਜਿਹੀ ਕਿਰਪਾ ਸਤਿਗੁਰੂ ਕਰੇ। ਭਾਈ ਸਾਹਿਬ ਹੋਰਾਂ ਨੇ ਬੜਾ ਤਕੜਾ ਇਹ ਨਗਾਰਾ ਖੜਕਾਇਆ, ਕਾੜ ਕੜਾ ਕੜ 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 ਕਰਦੀਆਂ ਨਗਾਰਿਆਂ ਤੇ ਚੋਟਾਂ ਵੱਜੀਆਂ, ਪਰ ਪੱਕਤਾ ਸਤਿਗੁਰੂ ਬਖਸ਼ਣਗੇ। ਤਕੜੇ ਹੋਵੋ, ਗੁਰੂ ਵਾਲੇ ਬਣੋ। ਮਹਾਰਾਜ ਨੇ ਆਪਣੇ ਪੁੱਤਰ ਵਾਰਤੇ ਸਾਡੇ ਲਈ। ਜਦੋਂ ਨੂਰੇ ਮਾਈ ਨੇ ਆ ਕੇ ਖਬਰ ਸੁਣਾਈ ਨਾ, ਨੂਰਾ ਰੋਈ ਜਾਂਦਾ ਸੀ, ਨੇਤਰ ਸੁੱਜੇ ਹੋਏ ਸੀ, ਉਹਦੀਆਂ ਅੱਖਾਂ ਦੇ ਵਿੱਚੋਂ ਨਾ ਲਹੂ ਵਗਦਾ ਸੀ, ਖੂਨ ਉਤਰਿਆ ਹੋਇਆ ਸੀ। ਮਹਾਰਾਜ ਕਹਿੰਦੇ, ਨੂਰਿਆ ਰੋ ਨਾ, ਨੂਰਿਆ ਓਏ ਨੂਰਿਆ, ਜ਼ੋਰਾ ਵਰਤੇ ਫਤਿਹ ਸਿੰਘ ਦੀ, ਨੂਰਿਆ ਕੋਈ ਗੱਲ ਸੁਣਾ ਦੇ, ਕੁਝ ਤੇ ਦੱਸ ਉਹਨਾਂ ਬਾਰੇ, ਕਿਵੇਂ ਗੁਜ਼ਰ ਗਈ ਮੇਰੀ ਮਾਤਾ, ਗੁਜ਼ਰੀ ਇਹ ਗੱਲ ਮੇਰੇ ਕੰਨੀ ਪਾ ਦੇ, ਮਾਂ ਨਾਲ ਕੀ ਹੋਇਆ ਦੱਸ ਤੇ ਸਹੀ। ਉਹਦੀ ਧਾਰ ਨਿਕਲ ਗਈ, ਆਂਦਾ ਮਹਾਰਾਜ ਸ਼ਹੀਦ। ਸਤਿਗੁਰੂ ਕਹਿੰਦੇ, ਫਿਰ ਰੋਂਦਾ ਕਿਉਂ ਏ? ਉਹਨਾਂ ਨਿੱਕੇ ਢੋਲ ਸਿਪਾਹੀਆਂ ਨੇ ਮੇਰੀ ਰੱਖ ਲਈ ਸਰਦਾਰੀ ਏ, ਉਹਨਾਂ ਨੇ ਤੇ ਮੇਰੀ ਸਰਦਾਰੀ ਰੱਖ ਲਈ। ਉਹਨਾਂ ਨਿੱਕੇ ਢੋਲ ਸਿਪਾਹੀਆਂ ਨੇ ਮੇਰੀ ਰੱਖ ਲਈ ਸਰਦਾਰੀ ਏ, ਪਰ ਉਹਨਾਂ ਬੱਚਿਆਂ ਨਾਲੋਂ ਸੱਚ ਸਮਝੀਆਂ ਸਿੱਖੀ ਮੈਨੂੰ ਪਿਆਰੀ ਏ। ਉਹਨਾਂ ਬੱਚਿਆਂ ਤੋਂ ਵੀ ਜੇ ਕੁਝ ਮੈਨੂੰ ਪਿਆਰਾ ਤੇ ਗੁਰਸਿੱਖੀ ਪਿਆਰੀ ਏ। ਇਹੋ ਜਿਹਾ ਰਹਿ ਵਰਨੀ ਲੱਭਣਾ, ਸਿੰਘ ਸਜੋ। ਜੇ ਸਿੰਘ ਨੇ ਹਾਲੇ ਸਜਣਾ, ਸਰੂਪ ਵਿੱਚ ਆਓ। ਮਰਦ ਨੇ ਵੱਡੀ ਕਿਰਪਾ ਕੀਤੀ ਏ ਪਿਆਰਿਓ, ਬਹੁਤ ਵੱਡੀ ਰਹਿਮਤ ਦਿੱਤੀ ਏ, ਪਰਮੇਸ਼ਰ ਦਾ ਸਰੂਪ ਦਿੱਤਾ ਸਾਨੂੰ ਪਰਮੇਸ਼ਰ ਦਾ। ਤੇ ਜਿਹੜਾ ਦਾੜਾ ਨਾ ਮਹਾਰਾਜ ਦੀ, ਮੋਰ ਏ ਮੋਰ। ਤੇ ਇੱਕ ਮੈਂ ਬਚਨ ਸੁਣਾ ਕੇ ਸਮਾਪਤੀ ਕਰਾਂ। ਸਿੱਖ ਆ ਗਿਆ ਮਹਾਰਾਜ ਕੋ, ਕਹਿੰਦਾ ਮਹਾਰਾਜ ਖੁਸ਼ੇ ਦੇ ਦਿਓ। ਮਹਾਰਾਜ ਕਹਿੰਦੇ ਜਾ। ਕਹਿੰਦਾ ਪਰ ਮਹਾਰਾਜ ਦਿਲ ਨਹੀਂ ਕਰਦਾ ਜਾਣ ਨੂੰ, ਸਾਹਿਬ ਜੀ ਤੁਹਾਡੇ ਦਰਸ਼ਨ ਨਹੀਂ ਹੋਣੇ, ਮੈਂ ਮਰ ਜਾਗਾ ਵਿਛੋੜੇ ਵਿੱਚ। ਸਤਿਗੁਰੂ ਕਹਿੰਦੇ, ਨਹੀਂ ਨਹੀਂ, ਚਲਿਆ ਜਾ, ਪ੍ਰਚਾਰ ਕਰੀ, ਪੰਜ ਸਿੰਘਾਂ ਦੇ ਦੀਦਾਰ ਕਰੀ, ਤੈਨੂੰ ਮੇਰੇ ਦੀਦਾਰ ਹੋਣਗੇ। ਉਹ ਕਹਿੰਦਾ ਮਹਾਰਾਜ ਜੰਗ ਯੁੱਧ ਹੋ ਰਿਹਾ, ਜੇ ਪੰਜ ਨਾ ਮਿਲੇ। ਮਹਾਰਾਜ ਕਹਿੰਦੇ, ਤਿੰਨਾਂ ਦੇ ਕਰ ਲਈ ਤਿੰਨ ਨਾ ਮਿਲੇ, ਇੱਕ ਦੇ ਕਰ ਲਈ। ਕਹਿੰਦਾ ਜੀ ਇੱਕ ਵੀ ਨਾ ਮਿਲਿਆ। ਮਹਾਰਾਜ ਕਹਿੰਦੇ, ਇੰਝ ਕਰੀ ਅੰਮ੍ਰਿਤ ਵੇਲੇ ਉੱਠ ਕੇ ਨੇਤਰੇਮ ਕਰਕੇ ਨਾ ਆਪਣਾ ਹੀ ਮੁੱਖ ਸ਼ੀਸ਼ੇ ਵਿੱਚ ਤੱਕ ਲਈ, ਤੈਨੂੰ ਤੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਸੇਗਾ। ਜਦੋਂ ਇਹ ਗੱਲ ਆਖੀ ਨਾ, ਉਹ ਵਿਦਵਾਨ ਸੀ, ਕਹਿੰਦਾ ਮਹਾਰਾਜ ਜੇ ਕਿਤੇ ਮੈਨੂੰ ਸ਼ੀਸ਼ਾ ਨਾ ਮਿਲਿਆ ਤਾਂ ਫਿਰ ਕੀ ਕਰਾਂਗਾ। ਸੱਚੇ ਪਾਤਸ਼ਾਹ ਉਹਦੇ ਵੱਲ ਵੇਖੀ ਗਏ, ਵੇਖੀ ਗਏ। ਵੇਖਦਿਆਂ ਵੇਖਦਿਆਂ ਪਤਾ ਕੀ ਕਹਿੰਦੇ? ਕਹਿੰਦੇ, ਗੁਰਸਿੱਖਾ ਤੇਰਾ ਦਾੜਾ ਬਹੁਤ ਸੋਹਣਾ ਏ, ਆਪਣੇ ਦਾੜੇ ਨੂੰ ਫੜ ਕੇ ਇਹਦੇ ਦਰਸ਼ਨ ਕਰ ਲਈ, ਤੈਨੂੰ ਤੇਰੇ ਦਾੜੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਿਸੇਗਾ। ਤੇ ਅੱਜ ਸਾਨੂੰ ਗੁਰੂ ਕਾ ਇਹ ਦਾੜਾ, ਪਿਆਰਿਓ ਕਰੂਪ ਹੁੰਦੇ ਆ, ਸੋਹਣੇ ਨਹੀਂ ਬਣਦੇ। ਉਹ ਜਾ ਕੇ ਬਹਿੰਦੇ ਅੱਗੇ ਬੀਬੀਆਂ ਦੇ ਬਿਊਟੀ ਪਾਰਲਰ ਸੀ, ਹੁਣ ਤੇ ਬੰਦਿਆਂ ਦੇ ਵੀ ਖੁੱਲ੍ਹ ਗਏ, ਉੱਥੇ ਲਾਈਨਾਂ ਲਾ ਕੇ ਖੜਦੇ ਆ। ਉਹ ਟੁੱਟੇ ਜਿਹੇ ਛਿੱਤਰ ਉੱਤੇ ਥੁੱਕ ਥੁੱਕ ਕੇ ਮੂੰਹ ਤੇ ਚਪੇੜਾ ਮਾਰ ਮਾਰ ਕੇ ਕਰੂਪ ਕਰਕੇ ਨਾ ਘਰ ਨੂੰ ਤੋਰ ਦਿੰਦਾ, ਤੇ ਕਹਿੰਦਾ ਹਮ ਸੋਹਣੇ ਬਣ ਗਏ, ਬਹੁਤ ਸਮਾਰਟ ਹੋ ਗਿਆ ਮੈਂ ਹੁਣ। ਮਹਾਰਾਜ ਕਹਿੰਦੇ, ਸਾਬਤ ਸੂਰਤ ਰੱਬ ਦੀ ਭੰਨੇ, ਬੇਈਮਾਨ ਹੈ ਤੇ ਬਚਨ ਔਖਾ, ਪਰ ਬੇਈਮਾਨ ਕੋਈ ਗਾਲ ਨਹੀਂ। ਬੇਈਮਾਨ ਜਿਹਦਾ ਈਮਾਨ ਕੋਈ ਨਾ ਰਹਿ ਜਾਏ, ਜੇ ਈਮਾਨ ਕਾਹਦਾ ਰਹਿ ਗਿਆ? ਗੁਰੂ ਤੇ ਕਹਿੰਦਾ ਮੇਰੀ ਮੋਹਰ ਸੇ ਕੇਸ, ਕਿਸ ਕੇਸ ਜ਼ਰੂਰੀ ਨੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਪਰਮੇਸ਼ਰ ਦਾ ਸਰੂਪ ਕੇਸਾ ਧਾਰੀਏ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਵਿਦਵਾਨ ਜਨ ਆਪ ਜੀ ਦੇ ਰੂਬਰੂ ਹੁੰਦੇ ਨੇ, ਆਪਣਾ ਸਰੂਪ ਬਣਾਓ। ਭਾਈ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਰੋਮ ਰੋਮ ਕਰਕੇ ਧੰਨਵਾਦ। ਜਿਹੜਾ ਕੰਮ ਪਿਆਰਿਓ ਜੁੱਗਾਂ ਵਿੱਚ ਹੋ ਸਕਦਾ, ਉਹਨੂੰ ਕਈ ਬੜੀ ਫੁਰਤੀ ਚੁਸਤੀ ਔਰ ਸਤਿਗੁਰੂ ਦੀ ਰਹਿਮਤ ਦਾ ਸਦਕਾ ਬੜੀ ਜਲਦੀ ਕਰ ਰਹੇ ਨੇ। ਫਰਮਾਇਸ਼ਾਂ ਬੜੀਆਂ ਸੀ ਤੁਹਾਡੀਆਂ, ਪਰ ਵਿਦਵਾਨ ਜਨ ਬੈਠੇ ਆ। ਭਾਈ ਚਮਨਜੀਤ ਸਿੰਘ ਲਾਲ ਜੀ, ਲਾਲ ਜੀ ਦਾ ਕਿੱਡਾ ਵੱਡਾ ਰੁਤਬਾ ਮਹਾਰਾਜ! ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਕਹਿੰਦੇ ਹੁੰਦੇ ਸੀ ਲਾਲ ਜੀ, ਤੇ ਮਹਾਰਾਜ ਅੱਜ ਗੁਰੂ ਦੀਆਂ ਸੰਗਤਾਂ ਇਹਨਾਂ ਨੂੰ ਲਾਲ ਜੀ ਕਰਕੇ ਪਿਆਰ ਦਿੰਦੀਆਂ, ਬਹੁਤ ਪਿਆਰ ਵਾਲੇ ਨੇ। ਹੋਰ ਬੜੇ ਬੇਅੰਤ ਕੀਰਤਨੀਏ ਵਿਦਵਾਨ ਗਿਆਨੀ ਭਗਵਾਨ ਸਿੰਘ ਜੀ ਜੌਲ ਬੈਠੇ ਨੇ, ਔਰ MH1 ਜੇ ਤੋਂ ਕੱਲ੍ਹ ਵੀ ਸੋਹਾਣੇ ਤੋਂ ਲਾਈਵ ਚੱਲਣਾ ਸਾਡਾ ਪ੍ਰੋਗਰਾਮ, ਤੇ ਅੱਜ ਵੀ ਬੜੀਆਂ ਵੱਡੀਆਂ ਰਹਿਮਤਾਂ ਕੀਤੀਆਂ, ਖੁਸ਼ੀਆਂ ਬਖਸ਼ੀਆਂ। ਇਹ ਭਾਈ ਸਾਹਿਬ ਹੋਣਾ ਦੇ ਵੱਡਾ ਪਾਣੇ ਨੇ ਤਾਂ ਵਿਚਾਰੇ ਢਾਡੀਆਂ ਨੂੰ ਕੌਣ ਜਾਣ ਦਿੰਦਾ ਸੀ ਟੈਲੀਵਿਜ਼ਨ ਦੇ ਲਾਗੇ, ਇਹ ਤੇ ਤੁਹਾਡੀ ਕਿਰਪਾ ਹੀ ਹੋਈ ਹੈ। ਸੰਗਤਾਂ ਦੀ ਖੁਸ਼ੀਆਂ ਦਿੰਦੇ ਹੋ, ਸ਼ਹਿਰਾਂ ਵਿੱਚ ਵੀ ਢਾਡੀ ਕਲਾ ਨੂੰ ਪਿਆਰ ਕਰਦੇ ਹੋ, ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕਲਾ, ਮਾਤਾ ਕਵਲਾ ਜੀ ਵੀ ਉਹਨਾਂ ਦੀ ਰਹਿਮਤ ਬਖਸ਼ਿਸ਼। ਉਹ ਹਰ ਵੀ ਏ ਗੋਬਿੰਦ ਵੀ ਏ, ਹੈ ਅਣ ਦਿਸਦਾ ਤੇ ਦਿਸਦਾ ਵੀ, ਕਿਨਾਰੇ ਤੀਰ ਜੀਵਨ ਦੇ, ਉਹ ਪਰਲੇ ਪਾਰ ਦਾ ਜਲਵਾ
ਉਹਦੇ ਨੈਣਾਂ ਚੋਂ ਭੜਿਆ ਸੀ ਦਿਲਾਂ ਦਾ ਕੌਲ, ਕੌਲਾਂ ਨੇ ਉਹ ਦਿਲਾਂ ਦੇ ਕੌਲ ਭਰਦਾ ਸੀ ਮੇਰੇ ਦਿਲਦਾਰ ਦਾ ਜਲਵਾ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਉਹਨਾਂ ਦੀ ਢਾਡੀ ਫੁਲਬਾੜੀ ਮਾਣ ਦਿੰਦੇ ਹੋ। ਬਹੁਤਾ ਧੰਨਵਾਦ ਵੀਰ ਅਮਨਪ੍ਰੀਤ ਸਿੰਘ ਜੀ ਦਾ ਵੀ ਬਹੁਤਾ ਬਹੁਤਾ ਧੰਨਵਾਦ, ਜਿਹੜੀ ਬੜੀ ਮਿੱਠੀ ਰਸਨਾ ਭਾਈ ਸਾਹਿਬ ਜੀ ਹੋਰਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਦੇਸਾਂ ਪ੍ਰਦੇਸਾਂ ਦੇ ਵਿੱਚ ਬੜਾ ਵੱਡਾ ਮਾਣ ਹੈ। MH1 ਦੀ ਸਮੁੱਚੀ ਟੀਮ, ਵੀਰ ਮਨਜਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਹੜੇ ਹਮੇਸ਼ਾ ਹੀ ਸਾਨੂੰ ਬੜਾ ਪਿਆਰ ਦਿੰਦੇ ਔਰ ਬੜੀ ਵੱਡੀ ਹਸਤੀ ਨੇ, ਉੱਥੇ ਵੀ ਲੁਧਿਆਣੇ ਵਿੱਚ ਉਹਨਾਂ ਦਾ ਬੜਾ ਵੱਡਾ ਸਤਿਕਾਰ ਹੈ। ਸਤਿਗੁਰੂ ਦੀ ਬੜੀ ਵੱਡੀ ਕਿਰਪਾ ਔਰ ਬਾਕੀ ਸਾਰੀ ਰਾਗੀ ਜਥੇ, ਪ੍ਰਚਾਰਕ ਸਹਿਬਾਨ, ਸਮੂਹ ਸੰਗਤ ਦਾ ਜਥੇ ਧੰਨਵਾਦ। ਪਿਆਰਿਓ, ਅਸੀਂ ਜਕਾਰਾ ਛੱਡਣਾ, ਜਕਾਰਾ ਇਹਨੂੰ ਜਕਾਰੀ ਨਹੀਂ ਬਣਾਉਣਾ ਆਪਾਂ। ਮਹਾਰਾਜ ਨੇ ਸਾਨੂੰ ਕਕਾਰ ਬਖਸ਼ੇ, ਖੁੱਲੇ ਗਫੇ ਦਿੱਤੇ ਮਹਾਰਾਜ ਨੇ ਖੁੱਲੇ, ਤੇ ਅਸੀਂ ਸੁੰਗੜ ਹੀ ਗਏ। ਕਕਾਰ ਵੀ ਹੌਲੀ ਹੌਲੀ ਛੋਟੇ ਕਰ ਲਏ। ਮਹਾਰਾਜ ਨੇ 3-3 ਫੁੱਟੀਆਂ ਸ੍ਰੀ ਸਾਹਿਬਾਂ ਦਿੱਤੀਆਂ, ਅਸੀਂ ਏਡੀਆਂ ਏਡੀਆਂ ਕਰਕੇ ਗਲਾਂ 'ਚ ਪਾਈ ਫਿਰਦੇ ਹਾਂ, ਤੇ ਕਈ ਬੀਬੀਆਂ ਕਰੇੜਾ ਕਰੂੜਾ ਵੀ ਦੰਦਾਂ 'ਚ ਕੋਈ ਜੜਦੇ ਨਾ, ਉਹ ਸ੍ਰੀ ਸਾਹਿਬ ਨੇ ਕੱਢਣ ਲੱਗੀਆਂ ਹੁੰਦੀਆਂ। ਇੱਕ ਪਾਸੇ ਕਹਿੰਦੇ ਸਾਹਿਬ ਸਰ ਉਹੀ ਸਹਿਥੀ ਇਹ ਹਮਾਰੇ ਪੀਰ, ਇਹ ਵੀ ਪੀਰ ਨੇ। 5 ਤਖਤਾਂ ਤੇ ਸ਼ਸਤਰਾਂ ਦਾ ਸਤਿਕਾਰ ਹੁੰਦਾ, ਸਤਿਕਾਰ ਚਾਹੀਦਾ। ਜਕਾਰਾ ਛੱਡਣਾ ਭਾਈ ਸਾਹਿਬ ਜੀ ਔਰ ਮਾਤਾ ਕੌਲਾਂ ਜੀ, ਸਾਰੀ ਟਕਸਾਲ ਦੀ ਚੜ੍ਹਦੀ ਕਲਾ, ਵੀਰ ਅਮਨਪ੍ਰੀਤ ਸਿੰਘ ਹੋਰੀ, ਬਾਕੀ ਸਾਰੇ ਸਹਿਯੋਗੀ, ਇਹਨਾਂ ਦੀ ਚੜ੍ਹਦੀ ਕਲਾ ਲਈ। ਤੇ ਜਕਾਰਾ ਇੱਕ ਵਾਰੀ ਗੂੰਜਾਂ ਪਾਉਣੀਆਂ, ਤੇ ਜਕਾਰਾ ਵੀ ਬਾਬਾ ਦੀਪ ਸਿੰਘ ਜੀ ਵਾਲਾ ਛੱਡਣਾ ਆਪਾਂ ਪੁਰਾਤਨ ਨਵਾਂ, ਤੇ ਸਾਰੇ ਹੀ ਛੱਡਦੇ ਨੇ। ਆਓ ਪਿਆਰਿਓ, ਬੁਲੰਦ ਆਵਾਜ਼ ਦੇ ਵਿੱਚ ਸਾਰੇ ਸ਼ਹੀਦਾਂ ਨੂੰ ਸਿਮਰੀਏ, ਜਿਨ੍ਹਾਂ ਦਾ ਸਦਕਾ ਵੱਡੀਆਂ ਵੱਡੀਆਂ ਸਾਨੂੰ ਪ੍ਰਾਪਤੀਆਂ, ਵੱਡੇ ਵੱਡੇ ਬਖਸ਼ਿਸ਼ਾਂ ਦੇ ਗੱਫੇ ਮਿਲਦੇ ਆ। ਆਓ ਪਿਆਰਿਓ, ਬੁਲੰਦ ਆਵਾਜ਼ ਦੇ ਵਿੱਚ ਗੱਜ ਕੇ ਆਖੋ ਜੀ, ਖੁਸ਼ੀਆਂ ਦਾ ਜਕਾਰਾ ਬੁਲਾਵੇ, ਨਿਹਾਲੋ ਜਾਵੇ, ਫਤਿਹ ਪਾਵੇ, ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਪਾਵੇ, ਸਤਿ ਸ੍ਰੀ ਅਕਾਲ। ਬਾਜਾ ਫੌਜਾਂ ਵਾਲਿਓ, ਸੱਚਿਓ ਸਤਿਗੁਰੋ, ਰੱਖ ਲਿਓ ਬਿਰਤ ਬਾਣੇ ਦੀ ਲਾਜ, ਬਾਕੀਆਂ ਫੌਜਾਂ ਦੇ ਮਾਲਕੋ, ਸ਼ਹੀਦੋ ਸਿੰਘੋ, ਸਰਬੱਤ ਸਿੰਘ ਸਾਹਿਬ ਜੀ ਕੋ।